ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਕਰਦਾ ਆਪਦਾ ਇਸ ਵੀਡੀਓ ਦੇ ਵਿੱਚ। ਜਿਵੇਂ ਤੁਹਾਨੂੰ ਮੈਂ ਪਿਛਲੇ ਵੀਡੀਓ ਦੇ ਵਿੱਚ ਸਿੰਪਲੀਫਾਈਡ ਸਟੱਡੀ ਮਟੀਰੀਅਲ 8ਵੀਂ ਜਮਾਤ ਵਿਗਿਆਨ ਦਾ ਦੱਸਿਆ ਸੀ, ਇਸ ਵਿੱਚ ਮੈਂ ਤੁਹਾਨੂੰ 10ਵੀਂ ਜਮਾਤ ਦਾ ਦੱਸਾਂਗਾ। ਪਹਿਲੇ ਤੁਸੀਂ ਪ੍ਰਸ਼ਨ ਪੱਤਰ ਦੀ ਬਣਤਰ ਦੇਖ ਸਕਦੇ ਹੋ, 80 ਨੰਬਰ ਦਾ ਪੇਪਰ ਆਉਣ ਵਾਲਾ ਹੈ, ਠੀਕ ਹੈ ਜੀ। ਇਹਨੂੰ ਤਿਆਰ ਕਰਨ ਵਾਲੇ ਅਲੱਗ ਅਲੱਗ ਸਾਇੰਸ ਮਾਸਟਰ ਨੇ, 5 ਸਾਇੰਸ ਮਾਸਟਰ ਅਲੱਗ ਅਲੱਗ ਜ਼ਿਲ੍ਹਿਆਂ ਦੇ। ਇਹ ਕੰਟਰੀਬਿਊਸ਼ਨ ਸਾਰਾ ਉਹਨਾਂ ਨੂੰ ਜਾਂਦਾ ਹੈ, PDF ਉਹਨਾਂ ਦੁਆਰਾ ਬਣਾਈ ਗਈ ਹੈ। ਮੇਰਾ ਇਹ ਵੀਡੀਓ ਪਾਉਣ ਦਾ ਮਤਲਬ ਸਿਰਫ ਤੁਹਾਨੂੰ ਇਹਦੇ ਬਾਰੇ ਜਾਣੂ ਕਰਵਾਉਣਾ ਹੈ। ਇਹਦੇ ਵਿੱਚ ਸਾਰੇ ਜੋ ਪਾਠ ਨੇ ਤੁਹਾਡੇ ਸਾਇੰਸ ਦੀ ਪੁਸਤਕ ਦੇ, ਉਹਨਾਂ ਦੇ ਸਲਿਊਸ਼ਨ ਬਣਾਏ ਗਏ ਨੇ। ਇਹਦੇ ਵਿੱਚ ਜ਼ਰੂਰੀ ਮੋਸਟ ਇੰਪੋਰਟੈਂਟ ਜੋ MCQ ਅਤੇ ਸ਼ੋਰਟ ਕੁਐਸਚਨ 2 ਜਾਂ 3 ਨੰਬਰ ਦੇ, ਇਹ ਪਾਰਟ 1 ਇਹਦਾ ਹੈ। ਜਲਦੀ ਹੀ ਉਹ ਪਾਰਟ 2 ਵੀ ਰਿਲੀਜ਼ ਕਰਨਗੇ। ਫਿਲਹਾਲ ਇਹਦੇ ਵਿੱਚ ਪਹਿਲਾ ਪਾਰਟ ਦੱਸਿਆ, ਇਹ 'ਚ ਬਹੁਤ ਇੰਪੋਰਟੈਂਟ ਕੁਐਸਚਨ ਹੈ, ਜਿੱਦਾਂ ਮੈਗਨੀਸ਼ੀਅਮ ਰੀਬਨ ਜਲਾਉਣ ਤੋਂ ਪਹਿਲੇ ਰਗੜਨਾ ਕਿਉਂ ਹੈ, ਸੰਤੁਲਿਤ ਰਸਾਇਣੀ ਕਿਰਿਆ ਕੀ ਹੈ। ਸਾਰੇ ਪ੍ਰਸ਼ਨ ਤੁਸੀਂ ਦੇਖ ਸਕਦੇ, ਤਾਪ ਨਿਕਾਸੀ, ਤਾਪ ਸੋਖੀ ਕਿਰਿਆ, ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਉਂ ਕਹਿੰਦੇ ਆ, ਅਪਘਟਨ ਕਿਰਿਆ, ਵਿਸਥਾਪਨ ਕਿਰਿਆ ਅਤੇ ਦੋਹਰਾ ਵਿਸਥਾਪਨ, ਲੋਹੇ ਦੀਆਂ ਵਸਤੂਆਂ ਨੂੰ ਪੇਂਟ ਕਿਉਂ ਕਰਦੇ ਆ, ਤੇਲ ਅਤੇ ਫੈਟ ਰੱਖਣ ਵਾਲੀਆਂ ਵਸਤੂਆਂ ਨੂੰ ਨਾਈਟ੍ਰੋਜਨ ਕਿਉਂ ਭਰਦੇ ਆ। ਅਗਲਾ ਪਾਠ ਤੇਜ਼ਾਬ, ਖਾਰ ਅਤੇ ਲੂਣ, ਇਹਦੇ MCQ ਛੋਟੇ ਅਤੇ ਵੱਡੇ ਪ੍ਰਸ਼ਨ ਦੱਸੇ ਗਏ ਨੇ। ਸੋ ਇਹਦੇ ਵਿੱਚ ਮੋਸਟਲੀ ਪਾਰਟ A ਅਤੇ B ਕਵਰ ਕੀਤਾ ਗਿਆ ਹੈ, ਅਤੇ ਪਾਰਟ C ਅਤੇ D ਜੋ ਤੁਹਾਡਾ ਆਏਗਾ ਵੱਡੇ 5 ਨੰਬਰ ਦੇ ਜਾਂ 3 ਨੰਬਰ ਦੇ ਆਉਣਗੇ ਪ੍ਰਸ਼ਨ, ਉਹ ਮੇ ਵੀ ਅਗਲੀ PDF 'ਚ ਆ ਸਕਦੇ ਆ। ਇਹ 'ਚ ਸਾਰੇ ਤੁਹਾਡੇ ਜਿੰਨੇ ਵੀ ਪਾਠ ਹੈ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਬਣਾਏ ਗਏ ਨੇ, ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਜਿੱਦਾਂ ਤੀਸਰਾ ਪਾਠ ਧਾਤਾਂ ਅਤੇ ਅਧਾਤਾਂ ਦਾ ਹੋ ਗਿਆ, ਇਹਦੇ ਜ਼ਰੂਰੀ ਪ੍ਰਸ਼ਨ। ਸੋ ਇਸੇ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਹੀ ਪਾਠਾਂ ਦੇ ਮਿਲ ਜਾਣਗੇ। ਸੋ ਇਹ PDF ਦੇਖਣੀ ਹੈ। ਧਾਤਾਂ ਦੇ ਧਾਤਾਂ ਦਾ ਵੱਡਾ ਕੁਐਸਚਨ ਬਹੁਤ ਇੰਪੋਰਟੈਂਟ, ਹਰ ਵਾਰੀ ਪੁੱਛਿਆ ਜਾਂਦਾ ਹੈ। ਕਾਰਬਨ ਅਤੇ ਉਹਦੇ ਯੋਗਿਕ 4ਥਾ ਪਾਠ ਆ ਗਿਆ। ਤੋ ਇਹ PDF ਜੇ ਤੁਹਾਨੂੰ ਚਾਹੀਦੀ ਹੈ, ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰੋ, ਆਪਣਾ ਨਾਮ, ਸਕੂਲ ਦਾ ਨਾਮ ਅਤੇ WhatsApp ਨੰਬਰ ਕਮੈਂਟ ਕਰ ਦਿਓ। ਨਹੀਂ ਤਾਂ ਚੈਨਲ ਦੇ ਬੋਰਡ ਸੈਕਸ਼ਨ 'ਤੇ ਜਾ ਕੇ ਮੇਰਾ WhatsApp ਨੰਬਰ ਮਿਲ ਜਾਏਗਾ, ਉੱਥੇ ਮੈਨੂੰ WhatsApp ਕਰ ਸਕਦੇ ਹੋ, ਇਹ ਤੁਹਾਨੂੰ PDF ਮਿਲ ਜਾਏਗੀ। ਸੋ ਇਹ PDF ਜੋ ਹੈ ਬਹੁਤ ਇੰਪੋਰਟੈਂਟ ਹੈ, ਇਹਨੂੰ ਤਿਆਰ ਕਰ ਸਕਦੇ ਹੋ ਅਤੇ ਤੁਸੀਂ ਆਰਾਮ ਦੇ ਨਾਲ ਬੋਰਡ ਦੀ ਪ੍ਰੀਖਿਆ 'ਚੋਂ ਪਾਸ ਹੋ ਸਕਦੇ ਹੋ। ਮੋਸਟ ਇੰਪੋਰਟੈਂਟ ਅਤੇ ਸਿਲੈਕਟਡ ਮਟੀਰੀਅਲ ਹੈ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ। ਤੁਹਾਡੇ ਆਉਣ ਵਾਲੇ ਜੋ ਪ੍ਰੀਖਿਆਵਾਂ ਨੇ ਫਰਵਰੀ 'ਚ, ਸਾਲਾਨਾ ਪ੍ਰੀਖਿਆਵਾਂ, ਉਹਨਾਂ ਲਈ ਬੈਸਟ ਆਫ ਲੱਕ ਅਤੇ ਵਧੀਆ ਤਰੀਕੇ ਨਾਲ ਤਿਆਰੀ ਕਰੋ। ਥੈਂਕ ਯੂ ਵੈਰੀ ਮੱਚ, ਹੈਵ ਏ ਵੰਡਰਫੁਲ ਡੇ।